ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਚੱਲਦੇ ਹਾਂ ਪਟਿਆਲੇ। ਦੋਸਤੋ, ਪਿਛਲੇ ਦਿਨੀ ਏਵਨ ਪੰਜਾਬੀ ਚੈਨਲ 'ਤੇ ਬਾਬਾ ਰਜਿੰਦਰ ਸਿੰਘ ਜੀ ਮਹਾਚੰਡੀ ਦਾਸ ਹੋਰਾਂ ਵੱਲੋਂ ਇੱਕ ਭਵਿੱਖਬਾਣੀ ਕੀਤੀ ਗਈ ਸੀ। ਉਸ ਭਵਿੱਖਬਾਣੀ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਮੰਦਰ, ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦਾ ਮੰਦਰ ਉਸ ਜਗ੍ਹਾ ਹੀ ਬਣੇਗਾ ਜਿਸ ਜਗ੍ਹਾ ਇਹ ਸਾਰਾ ਕੁਛ ਵਿਵਾਦ ਹੋ ਰਿਹਾ ਹੈ। ਔਰ ਮਹਾਚੰਡੀ ਦਾਸ ਜੀ ਆਪਣੀ ਪੂਰੀ ਟੀਮ ਦੇ ਨਾਲ ਅਯੋਧਿਆ ਵੀ ਜਾ ਕੇ ਆਏ ਸਨ। ਫੋਨ ਲਾਈਨ 'ਤੇ ਮੇਰੇ ਨਾਲ ਬਾਬਾ ਰਜਿੰਦਰ ਸਿੰਘ ਜੀ ਮਹਾਚੰਡੀ ਦਾਸ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਬਾਬਾ ਜੀ, ਤੁਹਾਡੀ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋਈ ਹੈ, ਕੀ ਕਹਿਣਾ ਚਾਹੁੰਦੇ ਹੋ? ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਹ ਜੋ ਵੀ ਮੁਸਲਮਾਨ ਤੇ ਹਿੰਦੂਆਂ 'ਚ ਆਪਸ 'ਚ ਮਨ 'ਚ ਫਰਕ ਪਏ ਹੋਏ ਸੀ ਤੇ ਉਹ ਭਗਵਾਨ ਨੇ ਅੱਜ ਉਹਨਾਂ ਦੇ ਮਨਾਂ ਵਿੱਚੋਂ ਸੱਚਾਈ ਲਿਆ ਕੇ ਇਹ ਕੰਮ ਆਪਣਾ ਕਰਤਾ। ਲੇਕਿਨ ਤੁਹਾਡੀ ਤਾਂ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕੀ ਸੀ। ਹਾਂਜੀ, ਮੈਂ ਪਰਮਾਤਮਾ ਤੇ ਮੈਨੂੰ ਕਿਹਾ ਮਹਾਤਮਾ ਤੇ ਮੇਰੇ ਰੋਸ਼ਨੀ ਪਾਈ ਕਿ ਵੀ ਤੂੰ ਇਹ ਬੋਲ ਤੇ ਉਹ ਮੈਂ ਬੋਲਿਆ ਕਿ ਅੱਜ ਤੋਂ ਸਾਲ ਤੋਂ ਪਹਿਲਾਂ 8-9 ਮਹੀਨੇ ਹੋ ਗਏ ਜਦ ਭਵਿੱਖਬਾਣੀ ਕੀਤੀ ਸੀ ਤੇ ਭਵਿੱਖਬਾਣੀ ਇਹ ਕੀਤੀ ਸੀ ਕਿ ਮੈਂ ਅੱਜ 2019 ਦੇ ਵਿੱਚ ਮੰਦਰ ਦਾ ਭਵਿੱਖਬਾਣੀ ਹੋ ਜਾਏਗੀ, ਬਣ ਜਾਏਗਾ ਔਰ ਮੰਦਰ ਬਣਨਾ ਸ਼ੁਰੂ ਹੋ ਜਾਏਗਾ ਤੇ ਫਿਰ ਅਸੀਂ ਉੱਥੇ ਇੱਕ ਹਮਨ ਕੀਤਾ ਸੀ ਮਹਾਂਕਾਲੀ ਮੰਦਰ ਜੀ ਭਗਵਾਨ ਮਹਾਮਾਈ ਦੇ ਅੱਗੇ ਅਰਦਾਸ ਕੀਤੀ। ਇੱਕ ਅਸੀਂ ਹਿਮਾਚਲ ਚੋਂ ਕੀਤਾ ਸੀ ਜੀ, ਇੱਕ ਅਸੀਂ ਕੀਤਾ ਸੀ ਕਿ ਜਦ ਮੰਦਰ ਬਣ ਜੂਗਾ ਅਸੀਂ ਬਾਅਦ ਚੋਂ ਕਰਾਂਗੇ ਹਮਨ ਤੇ ਅਸੀਂ ਯੋਧਾ ਜੀ ਗਏ ਸੀ, ਅਸੀਂ ਉੱਥੇ ਨਿਸ਼ਾਨ ਝੰਡਾ ਚੜਾ ਕੇ ਆਇਆ, ਹਨੂੰਮਾਨ ਜੀ ਨੂੰ ਦੇ ਕੇ ਆਇਆ ਝੰਡਾ ਚੜਾ ਕੇ ਕਿ ਹਨੂੰਮਾਨ ਜੀ ਸਭ ਇਹ ਮੰਦਰ ਬਣੂਗਾ, ਇਹ ਝੰਡਾ ਤੁਸੀਂ ਤੁਹਾਨੂੰ ਚਲੋ ਦਿੱਤਾ ਸੀ ਕਿ ਤੁਸੀਂ ਹੀ ਚੜਾਉਣਾ ਇਹ ਸਭ ਤੋਂ ਪਹਿਲਾਂ ਜੀ ਇਹ ਝੰਡਾ, ਕਿਉਂਕਿ ਉੱਥੇ ਝੰਡਾ ਚੜਾ ਨਹੀਂ ਦਿੰਦੇ। ਅਸੀਂ ਉੱਥੇ ਅਰਦਾਸ ਕਰਾ ਕੇ ਆ ਗਏ ਸੀ, ਫਿਰ ਅਸੀਂ ਝੰਡਾ ਹਨੂੰਮਾਨ ਦੀ ਗਲੀ ਉਹਨੇ ਚਰਨਾਂ 'ਚ ਚੜਾਇਆ ਸੀ ਮੰਦਰ 'ਚ ਤੇ ਅਸੀਂ ਜੋ ਵੀ ਉੱਥੋਂ ਸਰੋਂ ਪੜ ਕੇ ਲੈ ਕੇ ਗਏ ਸੀ ਉੱਥੇ ਜਿੱਥੇ ਭਗਵਾਨ ਦਾ ਘਰ ਹੈ ਮੰਦਰ ਬਣਦਾ ਉੱਥੇ ਅਸੀਂ ਸਰੋਂ ਗੇਰ ਕੇ ਆਏ ਸੀ, ਉੱਥੇ ਦੀ ਮਿੱਟੀ ਲੈ ਕੇ ਆਏ ਸੀ। ਲੇਕਿਨ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਉਣ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ? ਬਸ ਤੁਸੀਂ ਪੁੱਛੋ ਹੀ ਨਾ ਕਿ ਜੋ ਪਰਮਾਤਮਾ ਨੇ ਅੰਦਰ ਅੱਜ ਆਤਮਾ ਲੱਗਦਾ ਕਿ ਅਸੀਂ ਸਵਰਗ 'ਚ ਪਹੁੰਚ ਗਏ ਜੀ, ਕਿ ਭਗਵਾਨ ਨੇ ਇੱਕ ਛੋਟੇ ਜਿਹੇ ਭਗਤ ਦੀ ਜੀਵ ਤੇ ਬਹਿ ਕੇ ਏਡਾ ਬੜਾ ਫੈਸਲਾ ਜੋ ਹੋਇਆ ਅੱਜ ਉਹ ਕਹਾਤਾ, ਕਰਨਾ ਤਾਂ ਭਗਵਾਨ ਨੇ ਸੀ ਲੇਕਿਨ ਕੁਦਰਤੀ ਅੱਜ ਐਸਾ ਕਿੰਨਾ ਕਿ ਇੱਥੇ ਮਹਾਚੰਡੀ ਦਰਬਾਰ ਵਿੱਚ ਅਸੀਂ ਭੰਡਾਰਾ ਵੀ ਕਰ ਰਹੇ ਹਾਂ। ਸਾਨੂੰ ਇਹ ਨੀ ਪਤਾ ਸੀ ਕਿ ਅੱਜ ਫੈਸਲਾ ਆਊਗਾ ਜੀ, ਮੈਨੂੰ ਅੱਜ ਘੰਟਾ ਪਹਿਲਾਂ ਹੀ ਪਤਾ ਲੱਗਿਆ ਕਿ ਫੈਸਲਾ ਅੱਜ ਆ ਰਿਹਾ। ਅਸੀਂ ਅੱਜ ਭਗਵਾਨ ਗੁਰੂ ਨਾਨਕ ਦੇਵ ਜੀ ਦੀ ਖੁਸ਼ੀ 'ਚ ਵੀ ਅਸੀਂ ਸਾਗ ਰੋਟੀ ਜੋ ਵੀ ਅਸੀਂ ਉਹਨਾਂ ਜਨਮ ਦਿਨ ਮਨਾ ਰਹੇ ਹਾਂ ਅੱਜ ਤੇ ਅੱਜ ਕੁਦਰਤੀ ਸ਼ਨੀਵਾਰ ਵੀ ਹੈ ਔਰ ਮਹਾਮਾਈ ਨੇ ਆਗਿਆ ਦਿੱਤੀ ਸੀ ਉਸੀ ਦਿਨ ਫੈਸਲਾ ਹੋਇਆ ਹੈ, ਅਸੀਂ ਕਹਿੰਦੇ ਕਿ ਮਹਾਮਾਈ ਦੀ ਬਹੁਤ ਜਿਆਦਾ ਜਗ੍ਹਾ। ਬਾਬਾ ਜੀ, ਇਸ ਫੈਸਲੇ ਨੂੰ ਆਉਣ ਤੋਂ ਬਾਅਦ ਤੁਹਾਡੇ ਭਗਤਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਬਹੁਤ ਵਧੀਆ, ਬੱਚੇ ਦੇ ਮੂੰਹ ਤੇ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਹੈ। ਔਰ ਏਵਨ ਪੰਜਾਬੀ ਚੈਨਲ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਸ ਏਵਨ ਪੰਜਾਬੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਇਹ ਚੈਨਲ ਬਹੁਤ ਵਧੀਆ ਹੈ ਤੇ ਕਦੇ ਵੀ ਇਹਨਾਂ ਨੇ ਇਹ ਨੀ ਕਿਹਾ ਕਿ ਅਸੀਂ ਇੰਟਰਵਿਊ ਨਹੀਂ ਲਵਾਂਗੇ, ਜਦ ਵੀ ਕੋਈ ਭਵਿੱਖਬਾਣੀ ਦੀ ਗੱਲ ਚੱਲੀ ਤੇ ਇਹਨਾਂ ਨੇ ਉਹਨੂੰ ਮਨ 'ਚ ਸੱਚਾ ਲੈ ਕੇ ਇਹਨਾਂ ਦੇ ਜੋ ਵੀ ਅਸ਼ੋਕ ਸ਼ਰਮਾ ਜੀ ਹੈ ਬਹੁਤ ਵੱਡੇ ਭਗਤ ਹੈ
ਉਹ ਭਗਤਾਂ ਦੀ ਗੱਲ ਸੁਣਦੇ ਆ, ਇਸ ਕਰਕੇ ਈਵਨ ਪੰਜਾਬੀ ਨੂੰ ਬਹੁਤ ਬਹੁਤ ਵਧਾਈ ਆ। ਬਹੁਤ ਬਹੁਤ ਮਿਹਰਬਾਨੀ ਬਾਬਾ ਜੀ। ਇੱਕ ਵਾਰੀ ਫਿਰ ਦੱਸਦਿਆਂ ਦੋਸਤੋ ਕਿ ਮੇਰੇ ਨਾਲ ਬਾਬਾ ਰਜਿੰਦਰ ਸਿੰਘ ਜੀ ਮਹਾਚੰਡੀ ਦਾਸ ਜੁੜੇ ਸਨ, ਜਿਨ੍ਹਾਂ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਔਰ ਆਪਣੇ ਜਥੇ ਦੇ ਨਾਲ ਇਹ ਅਯੁੱਧਿਆ ਵੀ ਜਾ ਕੇ ਆਏ ਨੇ ਔਰ ਇਹਨਾਂ ਨੇ ਦੱਸਿਆ ਕਿ ਉੱਥੇ ਜਾ ਕੇ ਕਿਸ ਕਿਸ ਤਰ੍ਹਾਂ ਦੀ ਅਸੀਂ ਪੂਜਾ ਕੀਤੀ ਹੈ ਔਰ ਮੈਂ ਆਪਣੀ ਜ਼ੁਬਾਨ ਦੇ ਵਿੱਚੋਂ ਖੁਦ ਮਹਾਮਾਈ ਨੇ ਮੇਰੀ ਜ਼ੁਬਾਨ ਦੇ ਵਿੱਚੋਂ ਕਹਾਇਆ ਸੀ ਕਿ ਮੰਦਿਰ ਬਣੇਗਾ ਤਾਂ ਉੱਥੇ ਹੀ ਬਣੇਗਾ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।